ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਸਾਹਿਬ, ਜਿਹੜੇ ਕਿ ਰੇਲਵੇ ਸੰਬੰਧੀ ਪੰਜਾਬ ਦੇ ਲਈ ਇਸ਼ੂ, ਖਾਸ ਤੌਰ ਆਪਣੇ ਜ਼ਿਲ੍ਹੇ ਦੇ ਅਤੇ ਆਪਣੇ ਕੰਸਟੀਚੁਐਂਸੀ ਦੇ, ਕਿਉਂਕਿ ਸਾਡੇ ਬਹੁਤ ਹੀ ਪਵਿੱਤਰ ਬਾਬਾ ਬੁੱਢਾ ਜੀ, ਉਹਨਾਂ ਦੀ ਧਰਤੀ ਦੇ ਲਈ ਖਾਸ ਦੋ ਤਿੰਨ ਗੱਲਾਂ ਹੈ ਜਿਹੜੀਆਂ ਉਹ ਧਾਰੀਵਾਲ ਸਾਹਿਬ ਨੇ ਕੀਤੀਆਂ ਹੈ, ਉਹਦੇ ਬਾਰੇ ਪਹਿਲਾਂ ਜ਼ਰੂਰ ਦੱਸਣਗੇ ਵੀ ਕਿਹੜੀ ਕਿਹੜੀ ਗੱਲ ਆ ਜਿਹੜੀ ਉਹ ਇਹਨਾਂ ਨੇ ਅੱਜ ਹੁਕਮ ਜਿਹੜਾ ਕੀਤਾ ਹੈ। ਮੈਂ ਇੱਕ ਤਾਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਸਾਡੇ ਪੰਜਾਬ ਦੇ ਮੰਤਰੀ, ਹਿੰਦੁਸਤਾਨ ਦੇ ਮੰਤਰੀ, ਰੇਲਵੇ ਮੰਤਰੀ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਨੂੰ ਮਿਲਿਆ ਅਤੇ ਮੈਂ ਇਹਨਾਂ ਨੂੰ ਦੱਸਿਆ ਕਿ ਰਮਦਾਸ ਜਿਹੜਾ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਪਵਿੱਤਰ ਧਰਤੀ ਹੈ। ਇੱਕ ਤਾਂ ਉੱਥੋਂ ਦਾ ਰੇਲਵੇ ਸਟੇਸ਼ਨ ਜਿਹੜਾ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦਾ ਬਣਿਆ ਸੀਗਾ ਅਤੇ ਉਹ ਡਿੱਗ ਗਿਆ, ਉਹਦਾ ਪਲੇਟਫਾਰਮ ਵੀ ਖਰਾਬ ਹੋ ਗਿਆ, ਉੱਥੇ ਬੜੀਆਂ ਦੁਰਘਟਨਾਵਾਂ ਜਿਹੜੀਆਂ ਵਾਪਰੀਆਂ ਪਹਿਲਾਂ, ਅਤੇ ਉਹਦੇ ਲਈ ਇਹਨਾਂ ਨੇ ਸਹਿਮਤੀ ਦੇ ਦਿੱਤੀ ਅਗਲੇ 6 ਮਹੀਨਿਆਂ 'ਚ। ਕਹਿੰਦੇ ਕਿ ਬਹੁਤ ਵਧੀਆ, ਇੱਕ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਦੇ ਉੱਤੇ ਉਹ ਰੇਲਵੇ ਸਟੇਸ਼ਨ ਜਿਹੜਾ ਉਹ ਆਪਾਂ ਬਣਾਵਾਂਗੇ। ਇੱਕ ਮੈਂ ਤਾਂ ਕੋਈ ਮੰਗ ਕੀਤੀ ਹੈ ਕਿ ਸਾਡਾ ਜਿਹੜਾ ਨਾਲਾ ਸ਼ਹਿਰ ਹੈ ਅਤੇ ਉਹ ਤੋਂ ਅੱਗੇ ਇੱਕ ਬੱਲਰਵਾਲ ਏਰੀਆ ਜਿਹੜਾ ਬਿਲਕੁਲ ਬਾਰਡਰ 'ਤੇ ਸਰਹੱਦ ਦੇ ਉੱਤੇ ਹੈ, ਸਾਡਾ ਇਲਾਕਾ ਜਿਹੜਾ ਉੱਥੇ ਕੋਈ ਇੰਡਸਟਰੀ ਨਹੀਂ ਗੀ, ਕੋਈ ਵਧੀਆ ਕਾਲਜ ਨਹੀਂ, ਇਸ ਕਰਕੇ ਕਿਉਂਕਿ ਅਸੀਂ ਰੇਲਵੇ ਲਾਈਨ ਦੇ ਨਾਲ ਜੁੜ ਨਹੀਂ ਸਕੇ। ਅਤੇ ਮੈਂ ਇਹਨਾਂ ਕੋਲ ਮੰਗ ਕੀਤੀ ਹੈ ਕਿ ਨਾਲੇ ਨੂੰ ਸਾਡੇ ਏਰੀਏ ਨੂੰ ਜਿਹੜਾ ਬੱਲਰਵਾਲ ਤੱਕ ਰੇਲਵੇ ਲਾਈਨ ਜਿਹੜੀ ਵਿਛਾਈ ਜਾਵੇ ਅਤੇ ਸਾਨੂੰ ਵਾਇਆ ਅੰਮ੍ਰਿਤਸਰ ਪੂਰੇ ਦੇਸ਼ ਦੇ ਨਾਲ ਰੇਲਵੇ ਲਿੰਕ ਜਿਹੜਾ ਉਹ ਸਾਡਾ ਕੀਤਾ ਜਾਵੇ। ਉਹ ਵੀ ਇਹਨਾਂ ਨੇ ਸਿਧਾਂਤਕ ਜਿਹੜੀ ਹੈ ਉਹ ਗੱਲ ਜਿਹੜੀ ਉਹ ਮੇਰੀ ਮੰਨੀ, ਔਰ ਇਹਨਾਂ ਨੇ ਕਿਹਾ ਕਿ ਇੱਥੇ ਕਾਰਵਾਈ ਇਹਨਾਂ ਨੇ ਅਫਸਰਾਂ ਨੂੰ ਕਿਹਾ ਕਿ ਇੱਥੇ ਸ਼ੁਰੂ ਕਰੋ, ਔਰ ਮੈਂ ਸਮਝਦਾ ਕਿ ਜੇ ਅਸੀਂ ਉਹ ਬਣਾਉਣ ਦੇ 'ਚ ਕਾਮਯਾਬ ਹੋ ਜਾਂਦੇ ਹਾਂ ਬਿੱਟੂ ਜੀ ਦੀ ਹਿੰਮਤ ਦੇ ਨਾਲ, ਕਿਉਂਕਿ ਮਹਿਕਮਾ ਇਹਨਾਂ ਕੋਲ ਹਾਂ, ਜੇ ਉਹ ਕਰਾ ਜਾਂਦੇ ਹਾਂ ਤਾਂ ਸਾਡਾ ਪੰਜਾਬ ਅਤੇ ਸਾਡਾ ਇਲਾਕਾ ਜਿਹੜਾ ਖਾਸ ਤੌਰ 'ਤੇ ਉਸ ਏਰੀਏ ਦੇ ਵਿੱਚ 45 ਸਿੱਖ ਰਾਜ ਸਿੱਖਾਂ ਦੇ ਆ ਬਿਲਕੁਲ ਬਾਰਡਰ ਦੇ ਉੱਤੇ ਗਰੀਬ, ਉਹ ਲੋਕਾਂ ਦੇ ਧੀਆ ਪੁੱਤ ਨਹੀਂ ਪੜ੍ਹ ਸਕੇ, ਜੇ ਉੱਥੇ ਰੇਲਵੇ ਲਾਈਨ ਚੱਲ ਗਈ ਤਾਂ ਇਹਨਾਂ ਨੂੰ ਸਾਰੀ ਉਮਰ ਉਹ ਲੋਕ ਜਿਹੜਾ ਯਾਦ ਕਰਿਆ ਕਰਨਗੇ। ਔਰ ਮੈਨੂੰ ਖੁਸ਼ੀ ਹੈ ਕਿ ਮੈਂ ਆਇਆ ਅਤੇ ਇਹਨਾਂ ਨੇ ਮੇਰੇ ਦੋਵੇਂ ਜਿਹੜੇ ਮਾਮਲੇ ਆ, ਦੋਵੇਂ ਪ੍ਰੋਜੈਕਟ ਜਿਹੜੇ ਆ ਉਹਨਾਂ ਨੂੰ ਮਤਲਬ ਹਾਂ ਪੱਖੀ ਹੰਗਾਰਾ ਦਿੱਤਾ, ਔਰ ਦੋਵਾਂ 'ਤੇ ਕਾਰਵਾਈ ਕਰਨ ਦਾ ਜਿਹੜਾ ਉਹ ਭਰੋਸਾ ਦਿੱਤਾ। ਮੈਂ ਪੰਜਾਬ ਸਰਕਾਰ ਵੱਲੋਂ ਵੀ, ਆਪਣੇ ਵੱਲੋਂ ਵੀ, ਅਜ ਨਾਲੇ ਹਲਕੇ ਵੱਲੋਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ, ਔਰ ਮੈਂ ਰਿਣੀ ਦਊਂਗਾ ਜੇ ਦੋਵੇਂ ਇਹਨਾਂ ਨੂੰ ਵੀ ਬਾਬਾ ਬੁੱਢਾ ਬੁੱਢਾ ਸਾਹਿਬ ਜੀ ਦੀ ਅਸ਼ੀਰਵਾਦ ਪ੍ਰਾਪਤ ਹੋਊਗੀ, ਸਾਨੂੰ ਵੀ ਅਸੀਂ ਰੋਜ਼ ਉੱਥੇ ਮੱਥਾ ਟੇਕਦੇ ਹਾਂ, ਅਤੇ ਜਦੋਂ ਉਹਨਾਂ ਦਾ ਐਡਾ ਵਧੀਆ ਪਲੇਟਫਾਰਮ ਰੇਲਵੇ ਸਟੇਸ਼ਨ ਬਣੂਗਾ ਅਤੇ ਲਾਜ਼ਮੀ ਲੋਕ ਜਿਹੜਾ ਯਾਦ ਕਰਿਆ ਕਰਨਗੇ। ਸੋ ਤੁਹਾਡਾ ਬਿੱਟੂ ਜੀ ਧੰਨਵਾਦ। ਮੈਂ ਅਖੀਰ 'ਚ ਸਾਡੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਤੇ ਸਾਡੇ ਕੁਲਦੀਪ ਧਾਰੀਵਾਲ ਜੀ ਦਾ ਧੰਨਵਾਦ ਕਰਨਾ ਵੀ ਇਹਨਾਂ ਨੇ ਇਹ ਇਸ਼ੂ ਜਿਹੜਾ ਹੈ ਉਹ ਰੇਲਵੇ ਦੇ ਧਿਆਨ 'ਚ ਲਿਆਂਦਾ। ਬਹੁਤ ਵਿਸ਼ਵਾਸ ਨਾਲ ਮੈਂ ਕਹਿੰਦਾ ਇਹ ਕੰਮ ਅਸੀਂ ਜਲਦੀ ਤੋਂ ਜਲਦੀ ਸਿਰੇ ਚੜਾਵਾਂਗੇ ਅਤੇ ਅੱਗੇ ਵੀ ਕੋਈ ਵੀ ਇਸ਼ੂ ਆ ਜਿਹੜੇ ਪੰਜਾਬ ਦੇ, ਧਾਰੀਵਾਲ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਰੇਲਵੇ ਨਾਲ ਜੁੜੀਆਂ ਸੰਬੰਧਿਤ ਜਾਂ ਹੋਰ ਸਰਕਾਰ, ਪੰਜਾਬ ਸਰਕਾਰ ਜਿਹੜੀ ਵੀ ਕੋਈ ਚੀਜ਼ ਫੂਡ ਪ੍ਰੋਸੈਸਿੰਗ ਜਾਂ ਹੋਰ ਕੋਈ ਵੀ, ਅਸੀਂ ਇਹਨਾਂ ਲਈ ਹਾਜ਼ਰ ਹਾਂ। ਕਿਉਂਕਿ ਹੁਣੀ ਦੱਸ ਰਹੇ ਸੀ ਵੀ ਜਦੋਂ ਬਾਬਾ ਬੁੱਢਾ ਜੀ ਦਾ ਦਿਹਾੜਾ ਹੁੰਦਾ ਤਾਂ 10 ਲੱਖ ਸੰਗਤ ਆਉਂਦੀ ਆ, ਅਤੇ ਉਹਦੇ ਲਈ ਇਹਨਾਂ ਨੇ ਆਪਦੇ ਲਈ ਨਹੀਂ ਕੁਛ, ਇਹ ਸੰਗਤ ਲਈ ਇਹਨਾਂ ਨੇ ਇਹ ਸਾਰੀ ਡਿਮਾਂਡਾਂ ਰੱਖੀਆਂ ਅਤੇ ਇਹਨੂੰ ਉੱਥੇ ਆਉਣ ਵਾਲੇ ਦਿਨਾਂ 'ਚ ਵਿਜ਼ਿਟ ਵੀ ਕਰਾਂਗੇ। ਤੁਹਾਨੂੰ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਕੱਲ੍ਹ ਹੀ ਪੰਜਾਬ ਦੇ ਮਾਝੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ 3 ਕਰੋੜ ਰੁਪਈਆ ਬਾਬਾ ਬੁੱਢਾ ਸਾਹਿਬ ਜੀ ਦੇ ਸ਼ਹਿਰ ਅਰਦਾਸ ਦੇ ਪਾਸੇ 4 ਗੇਟ ਬਣਾਉਣ ਲਈ, ਪਹਿਲਾਂ ਵੀ ਬਾਬਾ ਬੁੱਢਾ ਸਾਹਿਬ ਜੀ ਦੇ ਸਮੇਂ 4 ਗੇਟ ਸੀਗੇ ਅਤੇ ਹੁਣ ਵੀ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਤਾਂ ਉਹਨਾਂ ਨੇ ਉਸ ਵੇਲੇ ਮੰਨ ਲਈ ਅਤੇ ਕੱਲ੍ਹ ਉਹ ਪੈਸੇ ਰਿਲੀਜ਼ ਹੋ ਗਿਆ। ਸੋ ਤੁਸੀਂ ਅੱਜ ਇਹ ਗੱਲ ਦੇਤਾ, ਕੱਲ੍ਹ ਉਹਨਾਂ ਪੈਸੇ ਦਿੱਤੇ ਅਤੇ ਸਰ ਦੇ ਮਿਲ ਕੇ ਨਾਲਾ ਹਲਕਾ ਵੱਲੋਂ ਤੁਹਾਨੂੰ ਹਮੇਸ਼ਾ ਯਾਦ ਰੱਖੂ। ਥੈਂਕ ਯੂ, ਓਕੇ ਸਰ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।